ਸਾਡੇ ਮਾਤਾ ਪਿਤਾ ਦੀ ਆ ਜਿਹੜਾ ਸੀਗਾ ਇੱਕ ਸੁਪਨਾ ਸੀਗਾ ਵੀ ਜੀਵ ਦਿਆ 'ਤੇ ਕੁਛ ਨਾ ਕੁਛ ਕੀਤਾ ਜਾਵੇ। ਉਹ ਸੁਪਨੇ ਨੂੰ ਲੈ ਕੇ ਮੈਂ ਚੱਲਿਆ ਸੀਗਾ। ਉਹ ਇੱਕ ਸਾਲ ਮੈਨੂੰ ਇਹ ਪ੍ਰੋਜੈਕਟ ਨੂੰ ਲੱਭਦੇ ਲੱਭਦੇ ਕਈ ਪ੍ਰੋਜੈਕਟ ਦੇਖੇ, ਲੇਕਿਨ ਜੋ ਚਾਹੁੰਦੇ ਸੀ ਉਹ ਨਹੀਂ ਮਿਲ ਪਾ ਰਿਹਾ ਸੀ। ਇੱਕ ਸਾਲ ਲੱਗ ਗਿਆ ਮੈਨੂੰ ਲੱਭਦੇ, ਔਰ ਜਦੋਂ ਪ੍ਰੋਜੈਕਟ ਲੱਭਿਆ ਉੱਥੇ ਜਾ ਕੇ MP ਜਾ ਕੇ ਮੈਂ ਦੇਖ ਕੇ ਆਇਆ, ਉਹ ਤੋਂ ਬਾਅਦ ਗੁਜਰਾਤ ਗਿਆ ਇਹਦੇ ਲਈ, ਮੋਰਬੀ ਗਿਆ, ਅਤੇ ਉਜੈਨ ਜਾ ਕੇ ਜਦੋਂ ਦੇਖਿਆ ਸਾਡੇ ਮਨ ਨੂੰ ਇਹ ਗੱਲ ਜੱਚ ਗਈ ਵੀ ਇਹ ਪ੍ਰੋਜੈਕਟ ਜਿਹੜਾ ਹੈਗਾ ਜੋ ਅਸੀਂ ਚਾਹੁੰਦੇ ਉਹਦੇ ਮੁਤਾਬਕ ਹੈਗਾ। ਉੱਥੇ ਬਣਿਆ ਸੀ ਮੰਦਰ, ਮੰਗਲਨਾਥ ਦਾ ਮੰਦਰ ਹੈ ਜੀ, ਉੱਥੇ ਬਣਿਆ ਹੋਇਆ ਸੀਗਾ। ਅਤੇ ਉੱਥੇ ਜਾ ਕੇ ਫਿਰ ਉੱਥੋਂ ਸਾਰੀ ਤਹਿਕੀਕਾਤ ਕੀਤੀ, ਕਿਹੜੇ ਬੰਦਿਆਂ ਨੇ ਬਣਾਇਆ, ਕਿੱਥੋਂ ਆਏ, ਸਮਾਨ ਸਾਰਾ ਗੁਜਰਾਤ ਤੋਂ ਆਇਆ ਇਹਨਾਂ ਦਾ, ਜੋ ਕੁਛ ਸੀਗਾ ਸਾਰਾ ਉਹਨੂੰ ਕਰਕੇ ਅਸੀਂ ਇਹਨੂੰ ਪ੍ਰੋਜੈਕਟ ਨੂੰ ਭੇਜਿਆ। ਬਿਲਕੁਲ ਜੀ, ਰੰਗ ਬਿਰੰਗੇ ਪੰਛੀਆਂ ਨੂੰ ਵੀ ਚੰਗੇ ਲੱਗਦੇ ਆ, ਅਤੇ ਇੱਥੇ ਜਦੋਂ ਬੱਚੇ ਦੇਖਣ ਆਉਂਦੇ ਆ ਉਹਨਾਂ ਨੂੰ ਵੀ ਬੜੇ ਅੱਛੇ ਲੱਗਦੇ ਆ। ਇੱਥੇ ਬਹੁਤ ਬੱਚੇ ਆਉਂਦੇ ਆ ਆਪਣੇ ਮਾਤਾ ਪਿਤਾ ਦੇ ਨਾਲ ਦੇਖਣ, ਅਤੇ ਉਹ ਬਹੁਤ ਖੁਸ਼ ਹੋ ਕੇ ਜਾਂਦੇ ਆ ਦੇਖ ਕੇ, ਫਿਰ ਦੁਬਾਰਾ ਦੁਬਾਰਾ ਆਉਂਦੇ ਆ ਜੀ। ਟਾਵਰ ਸੈਕਿੰਡ ਫਲੋਰ ਤੋਂ 50 ਫੁੱਟ ਦੇ ਲਗਭਗ ਉੱਪਰ ਹੈ ਜੀ, ਗਰਾਊਂਡ ਜ਼ਮੀਨ ਤੋਂ ਲਾਈਏ ਤਾਂ ਅਪਰੋਕਸੀਮੇਟ 90 ਫੁੱਟ। ਤਕਰੀਬਨ ਕਿੰਨੇ ਪੰਛੀ ਇਹਦੇ ਵਿੱਚ ਆ ਜਾਂਦੇ? 3500 ਦੇ ਲਗਭਗ 4000 ਪੰਛੀ ਦੋਨਾਂ ਟਾਵਰਾਂ ਦੇ ਵਿੱਚ ਇਹਨਾਂ ਦੇ ਵਿੱਚ ਆ ਸਕਦਾ। 24 ਆਵਰ ਇੱਥੇ ਜਿਹੜਾ ਸਾਡਾ ਪੰਛੀਆਂ ਦਾ ਹੋਸਪਿਟਲ ਹੈ, ਇੱਥੇ ਡਾਕਟਰ ਰਹਿੰਦਾ ਅਤੇ ਉਹਨਾਂ ਦਾ ਇਲਾਜ ਜਿਹੜਾ ਫ੍ਰੀ ਆਫ ਕੋਸਟ ਹੈ। ਪੰਛੀ ਧਾਮ ਦੇ ਜਿਹੜੇ ਸੰਸਥਾਪਕ ਨੇ ਰਾਕੇਸ਼ ਜੈਨ ਜੀ ਅਤੇ ਉਹਨਾਂ ਦੀ ਪੂਰੀ ਟੀਮ ਦੇ ਨਾਲ ਤਾਂ ਸਵਾਗਤ ਕਰਦੇ ਹੋ, ਜਾਣਦੇ ਹਾਂ ਉਹਨਾਂ ਦੇ ਨਾਲ ਕਿਸ ਪ੍ਰਕਾਰ ਦੇ ਨਾਲ ਉਹਨਾਂ ਦੇ ਮਨ ਵਿੱਚ ਇੱਕ ਆਈਡੀਆ ਆਇਆ ਪੰਛੀਆਂ ਵਾਸਤੇ ਫਲੈਟ ਬਣਾਉਣ ਦਾ। ਸਤਿ ਸ਼੍ਰੀ ਅਕਾਲ ਭਾਅ ਜੀ, ਵੈਲਕਮ ਟੂ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੀ ਵੈਲਕਮ ਜੀ, ਤੁਸੀਂ ਸਾਡੇ ਕੋਲ ਆਏ। ਸੋ ਕਿਸ ਪ੍ਰਕਾਰ ਦੇ ਨਾਲ ਮਨ ਦੇ ਵਿੱਚ ਖਿਆਲ ਆਇਆ? ਅਕਸਰ ਇਨਸਾਨ ਇਹਨਾਂ ਚੀਜ਼ਾਂ 'ਤੇ ਰੁੱਝਿਆ ਰਹਿੰਦਾ ਜੋ ਉਹਦੇ ਕੋਲ ਸਮੇਂ ਬਹੁਤ ਘੱਟ ਹੁੰਦਾ, ਅਗਰ ਸਮਾਂ ਕੱਢਦਾ ਤਾਂ ਪੰਛੀਆਂ ਦੇ ਦਾਣੇ ਪਾਉਣ ਵਾਸਤੇ ਕੱਢਦਾ ਜਾਂ ਘਰ ਦੇ ਵਿੱਚ ਪਾਣੀ ਰੱਖਣ ਵਾਸਤੇ ਕੱਢਦਾ, ਲੇਕਿਨ ਇਸ ਤਰ੍ਹਾਂ ਦਾ ਕਿ ਮਨ 'ਚ ਆਈਡੀਆ ਕਿਸ ਤਰ੍ਹਾਂ ਕ੍ਰੀਏਟ ਹੋਇਆ ਕਿ ਸਾਨੂੰ ਪੰਛੀਆਂ ਵਾਸਤੇ ਇੱਕ ਜਗ੍ਹਾ ਲੈਣੀ ਹੈ ਜਿਸਦੇ ਪ੍ਰਾਈਜ਼ ਹੀ ਕਹਿ ਲਓ ਤਕਰੀਬਨ ਲੱਖਾਂ 'ਚ ਬਲਕਿ ਕਰੋੜਾਂ ਦੇ ਵਿੱਚ ਹੈ, ਉਹ ਵੀ ਤੁਸੀਂ ਪੰਛੀਆਂ ਵਾਸਤੇ ਕਿਸ ਤਰ੍ਹਾਂ ਕ੍ਰੀਏਟ ਕੀਤੀ ਜਗ੍ਹਾ? ਇਹ ਜਿਹੜਾ ਪੰਛੀ ਧਾਮ ਦਾ ਜੀ ਸਾਡੇ ਮਾਤਾ ਪਿਤਾ ਦੀ ਆ ਜਿਹੜਾ ਸੀਗਾ ਇੱਕ ਸੁਪਨਾ ਸੀਗਾ ਵੀ ਜੀਵ ਦਿਆ 'ਤੇ ਕੁਛ ਨਾ ਕੁਛ ਕੀਤਾ ਜਾਵੇ। ਉਹ ਸੁਪਨੇ ਨੂੰ ਲੈ ਕੇ ਮੈਂ ਚੱਲਿਆ ਸੀਗਾ। ਉਹ ਇੱਕ ਸਾਲ ਮੈਨੂੰ ਇਹ ਪ੍ਰੋਜੈਕਟ ਨੂੰ ਲੱਭਦੇ ਲੱਭਦੇ ਕਈ ਪ੍ਰੋਜੈਕਟ ਦੇਖੇ, ਲੇਕਿਨ ਜੋ ਚਾਹੁੰਦੇ ਸੀ ਉਹ ਨਹੀਂ ਮਿਲ ਪਾ ਰਿਹਾ ਸੀ। ਇੱਕ ਸਾਲ ਲੱਗ ਗਿਆ ਮੈਨੂੰ ਲੱਭਦੇ, ਔਰ ਜਦੋਂ ਪ੍ਰੋਜੈਕਟ ਲੱਭਿਆ ਉੱਥੇ ਜਾ ਕੇ MP ਜਾ ਕੇ ਮੈਂ ਦੇਖ ਕੇ ਆਇਆ, ਉਦੋਂ ਬਾਅਦ ਗੁਜਰਾਤ ਗਿਆ ਇਹਦੇ ਲਈ, ਮੋਰਬੀ ਗਿਆ, ਅਤੇ ਉੱਥੋਂ ਦੇ ਬੰਦੇ ਇੱਥੇ ਬੁਲਾਏ ਅਤੇ ਇੱਥੇ ਜਗ੍ਹਾ ਲੈ ਕੇ ਉਹਨਾਂ ਨੂੰ ਦਿਖਾਈ, ਤਾਂ ਉਹ ਕਹਿੰਦੇ ਜੀ ਇਹ ਪ੍ਰੋਜੈਕਟ ਇੱਥੇ ਬਣ ਜਾਏਗਾ, ਬਹੁਤ ਵਧੀਆ। ਅਤੇ ਉਦੋਂ ਬਾਅਦ ਇਹ ਸੰਸਥਾ ਭਗਵਾਨ ਮਹਾਂਵੀਰ ਜੀਵ ਸੇਵਾ ਟਰੱਸਟ, ਜਿਹਦੇ ਸਾਡੇ ਆਪਣੇ ਟਰੱਸਟੀ ਬੀਜੇ ਜੀ, ਰਕੇਸ਼ ਜੀ ਸਾਡੇ ਸਾਥੀ, ਬੇਟਾ ਰੋਹੀ ਜੈਨ ਮੇਰੇ ਨਾਲ ਆ ਸਾਰੇ, ਔਰ ਵੀ ਅੱਜ ਇੱਥੇ ਆਪਣੇ ਚੋਪੜਾ ਜੀ ਆਏ, ਵਿਜੇ ਚੋਪੜਾ ਜੀ ਆਏ ਸੀਗੇ, ਔਰ ਸਾਡੇ ਸਾਰੇ ਟਰੱਸਟੀ ਮੈਂਬਰ ਸਾਰੇ ਇੱਥੇ ਅੱਜ ਪਹੁੰਚੇ ਹੋਏ ਸੀਗੇ। ਅੱਛਾ, ਅਗਰ ਗੱਲ ਕਰੀਏ ਕਿਸ ਪ੍ਰਕਾਰ ਦੇ ਨਾਲ ਤੁਸੀਂ ਕ੍ਰੀਏਟ ਕੀਤਾ, ਕਿਹੜੀ ਕਿਹੜੀ ਜਗ੍ਹਾਵਾਂ 'ਤੇ ਗਏ? ਜਿੱਦਾਂ ਤੁਸੀਂ ਕਿਹਾ ਕਿ ਮੈਂ ਸ਼ਾਇਦ ਉਜੈਨ ਵੀ ਗਿਆ ਸੀਗਾ, ਮੈਨੂੰ ਇਹ ਮਾਡਲ ਕਿੱਥੇ ਦੇਖਿਆ ਤੁਸੀਂ ਪਹਿਲੀ ਵਾਰ? ਆਰਕੀਟੈਕ ਨੂੰ ਕਿਸ ਤਰ੍ਹਾਂ ਤੁਸੀਂ ਮਨਵਾਇਆ? ਇਹ ਤੁਹਾਡਾ ਆਈਡੀਆ ਸੀ ਆਰਕੀਟੈਕ ਦਾ, ਸੀ ਕਿੱਦਾਂ ਆ ਸਾਰੀ? ਅਖਬਾਰ ਦੇ ਵਿੱਚ ਉਜੈਨ ਦੀ ਫੋਟੋ ਦੇਖੀ ਸੀ ਜੀ ਪਹਿਲਾਂ, ਉਸ ਤੋਂ ਇਲਾਵਾ ਅਸੀਂ ਮੈਨੂਅਲ ਬਣੇ ਹੋਏ ਦੇਖੇ ਸੀਗੇ, ਲੇਕਿਨ ਉਹ ਨਹੀਂ ਮਨ ਨੂੰ ਜਚੇ ਸਾਡੇ। ਜਦੋਂ ਇਹ ਫੋਟੋ ਦੇਖੀ ਤਾਂ ਮਨ ਬਣਿਆ ਵੀ ਇਹ ਚੀਜ਼ ਜਿਹੜੀ ਸਾਡੇ ਜੋ ਅਸੀਂ ਚਾਹੁੰਦੇ ਹਾਂ ਉਹਦੇ ਮੁਤਾਬਕ ਹੈਗੀ ਆ। ਅਤੇ ਉਜੈਨ ਜਾ ਕੇ ਜਦੋਂ ਦੇਖਿਆ ਸਾਡੇ ਮਨ ਨੂੰ ਇਹ ਗੱਲ ਜਚ ਗਈ ਵੀ ਇਹ ਪ੍ਰੋਜੈਕਟ ਜਿਹੜਾ ਹੈਗਾ ਜੋ ਅਸੀਂ ਚਾਹੁੰਦੇ ਹਾਂ ਉਹਦੇ ਮੁਤਾਬਕ ਹੈਗਾ। ਉੱਥੇ ਬਣਿਆ ਸੀ ਮੰਦਰ, ਮੰਗਲਨਾਥ ਦਾ ਮੰਦਰ ਹੈ ਜੀ, ਉੱਥੇ ਬਣਿਆ ਹੋਇਆ ਸੀਗਾ। ਅਤੇ ਉੱਥੇ ਜਾ ਕੇ ਫਿਰ ਉੱਥੋਂ ਸਾਰੀ ਤਹਿਕੀਕਾਤ ਕੀਤੀ, ਕਿਹੜੇ ਬੰਦਿਆਂ ਨੇ ਬਣਾਇਆ, ਕਿੱਥੋਂ ਆਏ, ਸਮਾਨ ਸਾਰਾ ਗੁਜਰਾਤ ਤੋਂ ਆਇਆ ਇਹਨਾਂ ਦਾ, ਜੋ ਕੁਛ ਸੀਗਾ ਸਾਰਾ ਉਹਨੂੰ ਕਰਕੇ ਅਸੀਂ ਇਹਨੂੰ ਪ੍ਰੋਜੈਕਟ ਨੂੰ ਇੱਥੇ, ਸਾਰਾ ਪ੍ਰੋਜੈਕਟ ਦਾ ਸਮਾਨ ਜਿਹੜਾ ਗੁਜਰਾਤ ਤੋਂ ਮੰਗਾਇਆ ਗਿਆ? ਹਾਂਜੀ, ਜਿੰਨਾ ਉੱਪਰ ਟਾਵਰ ਦਾ ਜਿੰਨਾ ਵੀ ਸਮਾਨ ਸੀ ਇਹ ਸਾਰਾ ਉੱਥੋਂ ਆਇਆ ਜੀ। ਕਿਹੜੀ ਚੀਜ਼ਾਂ ਦਾ ਇਸਤੇਮਾਲ ਕੀਤਾ ਗਿਆ ਗੁਜਰਾਤ ਤੋਂ ਮਿਲਿਆ? ਉਹਦੇ ਵਿੱਚ ਜਿਹੜਾ ਉੱਪਰ ਟਾਵਰ ਬਣੇ ਜਿਨ੍ਹਾਂ ਦੇ ਵਿੱਚ ਇਹ ਰਹਿ ਰਹੇ ਆ, ਉਹਦੇ ਵਿੱਚ ਜੋ ਵੀ ਉਹਨਾਂ ਦਾ ਮਟੀਰੀਅਲ ਹੈ, ਕੁਛ ਉੱਥੋਂ ਦੀ ਮਿੱਟੀ ਹੈ ਜਾਂ ਕੰਕਰੀਟ ਹੈ, ਉਹ ਇਸ ਹਿਸਾਬ ਨਾਲ ਉਹਨਾਂ ਨੇ ਸੈੱਟ ਕੀਤੀ ਹੋਈ ਹੈ।
ਸਰਦੀ ਹੋਵੇ ਤਾਂ ਕੁਛ ਸਰਦੀ ਜਿਹੜੀ ਉਹਨਾਂ ਨੂੰ ਘੱਟ ਲੱਗੇ, ਅਤੇ ਜੇ ਗਰਮੀ ਹੋਵੇ ਤਾਂ ਉਹਦਾ ਟੈਂਪਰੇਚਰ ਉਹਦੇ ਅੰਦਰ ਘੱਟ ਹੁੰਦਾ, ਅਤੇ ਦੋਨੇ ਸਾਈਡ ਸੇਫ ਹੈ, ਬਰਸਾਤ ਤੋਂ ਸੇਫ ਹੈ, ਮੀਂਹ ਕਰੀਨ ਫਾਨ ਤੂਫਾਨ ਆਵੇ ਕੁਛ ਆਵੇ ਇਹ ਸੇਫ ਹੈ। ਔਰ ਜਿਹੜੇ ਪਿੱਲਰ ਸਾਡੇ ਬਣਾਏ ਹੋਏ ਆ ਬਹੁਤ ਹੀ ਸੋਲਿਡ ਬਣਾਏ ਹੋਏ ਆ, ਭੁਚਾਲ ਵੀ ਆਵੇ ਆਮ ਨੋਰਮਲ ਤਾਂ ਉਹ ਵੀ ਇਹਨੂੰ ਨਹੀਂ ਹਿਲਾ ਸਕਦਾ। ਅਸੀਂ ਇਹਦੀ ਫਾਊਂਡੇਸ਼ਨ ਇੰਨੀ ਕੁ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ ਵੀ ਹੈਵੀ ਕੀਤੀ। ਕਾਫੀ ਰੰਗਾਂ ਦਾ ਵੀ ਇਸਤੇਮਾਲ ਕੀਤਾ ਗਿਆ ਇਸ ਟਾਵਰ ਦੇ? ਬਿਲਕੁਲ ਜੀ, ਰੰਗ ਬਿਰੰਗੇ ਪੰਛੀਆਂ ਨੂੰ ਵੀ ਚੰਗੇ ਲੱਗਦੇ ਆ, ਅਤੇ ਇੱਥੇ ਜਦੋਂ ਬੱਚੇ ਦੇਖਣ ਆਉਂਦੇ ਆ ਉਹਨਾਂ ਨੂੰ ਵੀ ਬੜੇ ਅੱਛੇ ਲੱਗਦੇ ਆ। ਇੱਥੇ ਬਹੁਤ ਬੱਚੇ ਆਉਂਦੇ ਆ ਆਪਣੇ ਮਾਤਾ ਪਿਤਾ ਦੇ ਨਾਲ ਦੇਖਣ, ਅਤੇ ਉਹ ਬਹੁਤ ਖੁਸ਼ ਹੋ ਕੇ ਜਾਂਦੇ ਆ ਦੇਖ ਕੇ, ਫਿਰ ਦੁਬਾਰਾ ਦੁਬਾਰਾ ਆਉਂਦੇ ਆ ਜੀ। ਕਿੰਨੀ ਉਚਾਈ ਰੱਖੀ ਗਈ ਹੈ ਇਸ ਟਾਵਰ ਦੀ? ਇਹ ਟਾਵਰ ਸੈਕਿੰਡ ਫਲੋਰ ਤੋਂ 50 ਫੁੱਟ ਦੇ ਲਗਭਗ ਉੱਪਰ ਹੈ, ਜੇ ਗਰਾਊਂਡ ਜ਼ਮੀਨ ਤੋਂ ਲਾਈਏ ਤਾਂ ਅਪਰੋਕਸੀਮੇਟ 90 ਫੁੱਟ ਹੈ ਜੀ। ਉਹ ਤਕਰੀਬਨ ਕਿੰਨੇ ਪੰਛੀ ਇਹਦੇ ਵਿੱਚ ਆ ਜਾਂਦੇ ਨੇ? 3500 ਦੇ ਲਗਭਗ 4000 ਪੰਛੀ ਦੋਨਾਂ ਟਾਵਰਾਂ ਦੇ ਵਿੱਚ ਇਹਨਾਂ ਦੇ ਵਿੱਚ ਆ ਸਕਦਾ ਜੀ, ਆ ਜਾਂਦਾ ਹੈਗਾ। ਹਾਂਜੀ। ਅੱਛਾ, ਫਿਰ ਇਹਨਾਂ ਦੀ ਜਿਹੜੀ ਮੈਂ ਦੇਖਿਆ ਕਿ ਹੋਸਪਿਟਲ ਵੀ ਤੁਸੀਂ ਕ੍ਰੀਏਟ ਕੀਤਾ ਹੋਇਆ, ਆਪਣੇ ਹੋਸਪਿਟਲ 'ਚ ਕਿੱਦਾਂ ਕਾਰਵਾਈ ਕਰਦੇ ਜਿਹੜੇ ਪੰਛੀਆਂ ਸੱਟਾਂ ਲੱਗ ਜਾਂਦੀਆਂ ਨੇ? ਹੋਸਪਿਟਲ ਹੈ ਜੀ, ਕੋਈ ਵੀ ਸ਼ਹਿਰ ਦਾ ਕਿਤੇ ਪੰਛੀ ਹੋਵੇ ਉਹਨੂੰ ਇੱਥੇ ਸਾਡੇ ਕੋਲ ਆ ਜਾਂਦਾ, ਕਿਸੇ ਦਾ ਫੋਨ ਆਵੇ ਕੁਛ ਆਵੇ 24 ਆਵਰ ਇੱਥੇ ਜਿਹੜਾ ਸਾਡਾ ਪੰਛੀਆਂ ਦਾ ਹੋਸਪਿਟਲ ਹੈ, ਇੱਥੇ ਡਾਕਟਰ ਰਹਿੰਦਾ ਅਤੇ ਉਹਨਾਂ ਦਾ ਇਲਾਜ ਜਿਹੜਾ ਫ੍ਰੀ ਆਫ ਕੋਸਟ ਹੈ। ਕੋਈ ਮਰਜ਼ੀ ਲਿਆਵੇ ਪੰਛੀ, ਜਿਹੜਾ ਪੰਛੀ ਹੋਵੇ ਕਿਸੇ ਤਰ੍ਹਾਂ ਦਾ ਵੀ, ਉਹਦਾ ਇਲਾਜ ਅਸੀਂ ਇੱਥੇ ਫ੍ਰੀ ਆਫ ਕੋਸਟ ਕਰਦੇ। ਡਾਇਟ ਕਿਸ ਤਰ੍ਹਾਂ ਦਿੰਦੇ ਹੋ ਪੰਛੀਆਂ ਨੂੰ? ਖਾਣ ਪੀਣ ਨੂੰ ਕੀ ਦੇ ਰਹੇ ਹੋ? ਖਾਣ ਪੀਣ ਗਰਮੀਆਂ ਦੇ ਵਿੱਚ ਜੋ ਇਹਨਾਂ ਨੂੰ ਚਾਹੀਦਾ, ਮੂੰਗੀ ਵਗੈਰਾ ਹੁੰਦੀ ਹੈ ਜ਼ਿਆਦਾ, ਅਤੇ ਜਵਾਰ ਵਗੈਰਾ ਹੁੰਦੀ ਹੈ, ਸਾਫ਼ ਕਰਕੇ ਧੋ ਕੇ ਰਾਤ ਨੂੰ ਭਿਓ ਕੇ ਅਸੀਂ ਇਹਨਾਂ ਨੂੰ ਦਿੰਦੇ ਹਾਂ, ਕਿਉਂਕਿ ਕੋਈ ਵੀ ਜਿਹੜਾ ਹਾਰਮਫੁਲ ਕੈਮੀਕਲ ਲੱਗੇ ਹੁੰਦੇ ਉਹ ਸਾਫ਼ ਹੋ ਜਾਂਦੇ। ਸਰਦੀਆਂ ਦੇ ਵਿੱਚ ਬਾਜਰਾ ਮੂੰਗੀ ਮਿਕਸ ਕਰਕੇ ਅਸੀਂ ਦਿੰਦੇ ਹਾਂ, ਉਹ ਵੀ ਜਿਹੜਾ ਅਸੀਂ ਭਿਓਏ ਤੋਂ ਬਗੈਰ ਸਾਫ਼ ਕੀਤੇ ਬਗੈਰ ਦਾਣਾ ਨਹੀਂ ਅਸੀਂ ਪਾਉਂਦੇ। ਅੱਛਾ, ਗਰਮੀ ਕਹਿੰਦਾ ਇਨਸਾਨਾਂ ਨੂੰ ਵੀ ਬਹੁਤ ਲੱਗਦੀ ਹੈ, ਜਾਨਵਰਾਂ ਨੂੰ ਵੀ ਬਹੁਤ ਲੱਗਦੀ ਹੈ, ਤੁਸੀਂ ਇਹਨਾਂ 'ਚ ਸਵੀਮਿੰਗ ਪੂਲ ਵੀ ਤਿਆਰ ਕਰਾਇਆ? ਬਿਲਕੁਲ ਜੀ, ਉਹਨਾਂ ਦੇ ਲਈ ਸਵੀਮਿੰਗ ਪੂਲ ਵੀ ਤਿਆਰ ਕੀਤਾ, ਅਸੀਂ ਵੀ ਇੰਜੋਏ ਕਰਦੇ ਹਾਂ, ਅਤੇ ਉਹਨਾਂ ਨੂੰ ਵੀ ਥੋੜ੍ਹਾ ਬਹੁਤਾ ਇੰਜੋਏ ਕਰਨ ਦਾ ਹੱਕ ਹੈ ਵੀ ਉਹ ਵੀ ਆਪਣਾ ਇੰਜੋਏ ਕਰਨ, ਆਪਦਾ ਸਵੀਮਿੰਗ ਪੂਲ ਦੇ ਵਿੱਚ ਪਾਣੀ ਵੀ ਪੀਂਦੇ ਆ ਅਤੇ ਨਹਾਉਂਦੇ ਵੀ ਆ, ਆਪਣਾ ਇੰਜੋਏ ਕਰਦੇ ਆ। ਅਤੇ ਹੁਣ ਇਸ ਤੋਂ ਇਲਾਵਾ ਇਹ ਟਾਵਰ ਉਸਨੂੰ ਕਿੱਥੇ ਕਿੱਥੇ ਕ੍ਰੀਏਟ ਕਰਨ ਜਾ ਰਹੇ? ਇਹ ਦੋ ਟਾਵਰ ਜਿਹੜੇ ਆ ਕਰਨਾਲ ਬਣ ਗਏ ਆ ਜੀ, ਤਿਆਰੀ ਦੇ ਉੱਤੇ, ਲਗਭਗ ਇੱਕ ਬਾਗੇ ਪੁਰਾਣੇ ਦੀ ਤਿਆਰੀ ਦੇ ਆ ਜੀ, ਉੱਥੇ ਵੀ ਬਣਵਾ ਰਹੇ ਹਾਂ, ਇੱਕ ਜੀਰਕਪੁਰ ਤੋਂ ਵੀ ਸਾਡੇ ਕੋਲ ਇਹਦੀ ਆਈ ਹੈ, ਉੱਥੇ ਵੀ ਬਣਨਾ। ਹੋਰ ਵੀ ਲੋਕ ਸਾਡੇ ਕੋਲ ਕਾਫੀ ਇਹਨੂੰ ਦੇਖ ਕੇ ਜਿਹਨਾਂ ਕੋਲ ਇਹ ਪਹੁੰਚਦਾ ਤਾਂ ਲੋਕ ਕਾਫੀ ਇਹਦੇ ਵਿੱਚ ਦਿਲਚਸਪੀ ਲੈ ਰਹੇ ਆ, ਔਰ ਸਾਡੀ ਇਹੀ ਕੋਸ਼ਿਸ਼ ਹੈ, ਜਿਹੜਾ ਭਗਵਾਨ ਮਹਾਂਵੀਰ ਜੀ ਸੇਵਾ ਟਰੱਸਟ ਬਣਿਆ, ਇਹਦੇ ਅਸੀਂ ਲੋਕਾਂ ਦੀ ਇਸ ਚੀਜ਼ ਨੂੰ ਸਹਿਯੋਗ ਕਰੀਏ ਵੀ ਵੱਧ ਤੋਂ ਵੱਧ ਪੰਛੀਆਂ ਦੇ ਰਹਿਣ ਦੇ ਲਈ ਟਾਵਰ ਬਣਨ, ਅਤੇ ਉਹਨਾਂ ਨੂੰ ਜਿਹੜਾ ਹੈਗਾ ਰਹਿਣ ਦਾ ਜਿਹੜਾ ਹੈਗਾ ਇੱਕ ਵਧੀਆ ਸ਼ੈਲਟਰ ਮਿਲੇ। ਅੱਛਾ, ਲੋਕ ਲੁਧਿਆਣਾ ਵਾਸੀਆਂ ਵਾਸਤੇ ਆਕਰਸ਼ਣ ਦਾ ਕੇਂਦਰ ਬਣ ਗਿਆ, ਲੋਕ ਦੂਰੋਂ ਦੂਰੋਂ ਦੇਖਣ ਆ ਰਹੇ, ਕਿੱਦਾਂ ਲੱਗਦਾ ਜੋ ਸਾਰੇ ਇੱਥੇ ਆਉਂਦੇ ਨੇ, ਕਿਸ ਤਰ੍ਹਾਂ ਉਹਨਾਂ ਦੇ ਫੇਸ 'ਤੇ ਖੁਸ਼ੀ ਦੇਖਣ ਨੂੰ ਮਿਲਦੀ ਹੈ? ਬਿਲਕੁਲ ਜੀ, ਜਦੋਂ ਬੰਦਾ ਕੋਈ ਚੀਜ਼ ਬਣਾਉਂਦਾ ਤਾਂ ਜਦੋਂ ਕਾਮਯਾਬ ਹੁੰਦੀ ਹੈ ਮਨ ਨੂੰ ਖੁਸ਼ੀ ਤਾਂ ਹੁੰਦੀ ਹੈ, ਇਹ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ, ਲੋਕ ਐਪਰੀਸ਼ੀਏਟ ਕਰਦੇ ਆ, ਔਰ ਬਹੁਤ ਪਬਲਿਕ ਇੱਥੇ ਡੇਲੀ ਆਉਣੀ ਸ਼ੁਰੂ ਹੋ ਗਈ ਹੈ, ਔਰ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖੋਗੇ ਲੁਧਿਆਣੇ ਦੇ ਵਿੱਚ ਇੱਕ ਜੈਨ ਸਮਾਜ ਦਾ ਇਤਿਹਾਸਿਕ ਪ੍ਰੋਜੈਕਟ ਹੋਊਗਾ, ਇਹਦਾ ਜੀਵ ਦਿਆ ਦੇ ਵਿੱਚ ਸਰਵੋੱਚ ਨਾਮ ਹੋਊਗਾ। ਓਕੇ, ਇਹ ਟਾਈਮਿੰਗ ਖੁੱਲ੍ਹਾ ਹੀ ਰਹਿੰਦਾ 24 ਘੰਟੇ? 24 ਘੰਟੇ ਬੰਦਾ ਡਾਕਟਰ ਹੁੰਦਾ ਜੀ ਇੱਥੇ ਹਰ ਵੇਲੇ, ਜਦੋਂ ਕੋਈ ਹੋਵੇ ਰਾਤ ਨੂੰ ਆ ਜਾਵੇ ਤਾਂ ਵੀ ਕੋਈ ਦਿੱਕਤ ਨਹੀਂ, ਵੈਸੇ 12 ਘੰਟੇ ਤਾਂ ਹੈ ਹੀ ਹੈ ਜੀ। ਸਵੇਰੇ 5:30-5:30 ਵਜੇ ਤਾਂ ਮੈਂ ਖੁਦ ਇੱਥੇ ਹਾਜ਼ਰ ਹੁੰਦਾ ਜੀ, 2 ਘੰਟੇ ਮੈਂ ਇੱਥੇ ਆਪ ਹੁੰਦਾ, ਉਦੋਂ ਬਾਅਦ ਫਿਰ ਡਾਕਟਰ ਇੱਥੇ ਪਰਮਾਨੈਂਟ ਹੈ ਜੀ ਸਾਡਾ। ਜਿਹੜਾ ਰਕੇਸ਼ ਜੀ ਦੁਆਰਾ ਉਪਰਾਲਾ ਕੀਤਾ ਗਿਆ ਹੈ, ਬਹੁਤ ਲੰਬੇ ਸਮੇਂ ਤੋਂ ਮੈਂ ਇਹਨਾਂ ਨੂੰ ਜਾਣਦਾ ਹੈਗਾ, ਜਗਰਾਓਂ ਤੋਂ ਬਿਲੋਂਗ ਕਰਦੇ ਨੇ, ਹਮੇਸ਼ਾ ਹੀ ਮਾਨਵਤਾ ਦੇ ਪ੍ਰਤੀ, ਜੀਵ ਦਿਆ ਦੇ ਪ੍ਰਤੀ ਇਹਨਾਂ ਦੇ ਅੰਦਰ ਵਿਸ਼ੇਸ਼ ਇਹ ਪੀੜਾ ਰਹੀ ਹੈਗੀ ਹੈ ਕਿ ਇਹਨਾਂ ਵਾਸਤੇ ਕੁਝ ਕੀਤਾ ਜਾਵੇ। ਮੇਰੇ ਨਾਲ ਵੀ ਕਾਫੀ ਲੰਬੇ ਸਮੇਂ ਤੋਂ ਚਰਚਾ ਸੀਗੀ ਕਿ ਐਸਾ ਕੋਈ ਪ੍ਰੋਜੈਕਟ ਕੀਤਾ ਜਾਵੇ, ਲੇਕਿਨ ਇਹਨਾਂ ਨੇ ਲੁਧਿਆਣੇ ਵਿੱਚ ਇੱਕ ਇਤਿਹਾਸ ਰਚਿਆ ਹੈ, ਲੁਧਿਆਣਾ ਨਹੀਂ ਪੰਜਾਬ ਦੇ ਵਿੱਚ ਉੱਤਰ ਭਾਰਤ ਦੇ ਵਿੱਚ ਇਤਿਹਾਸ ਰਚਿਆ ਹੈ ਇਸ ਸੇਵਾ ਨਾਲ, ਔਰ ਨੋ ਡਾਊਟ ਅੱਜ ਦੂਰੋਂ ਦੂਰੋਂ ਦੇਖੋ ਤੁਸੀਂ ਪਤਾ ਨਹੀਂ ਕਿਹੜੇ ਕਿਹੜੇ ਕੋਨੇ ਤੋਂ ਜਿਹੜੇ ਲੋਕ ਹੈਗੇ ਆ ਇਸ ਸੇਵਾ ਨੂੰ ਦੇਖਣ ਆ ਰਹੇ ਹੈਗੇ ਆ, ਔਰ ਇਹਨਾਂ ਨੂੰ ਬਹੁਤ ਸਾਰੇ ਲੋਕਾਂ ਦੇ ਸਮਾਜ ਦੇ, ਜੈਨ ਸਮਾਜ ਦੇ,
ਔਰ ਅਦਰ ਸਮਾਜ ਦਾ ਬਹੁਤ ਜ਼ਿਆਦਾ ਸਹਿਯੋਗ ਜਿਹੜਾ ਹੈਗਾ ਪ੍ਰਾਪਤ ਹੈਗਾ, ਔਰ ਮੈਂ ਸਮਾਜ ਨੂੰ ਅਪੀਲ ਕਰੂੰਗਾ ਕਿ ਹਜੇ ਬਹੁਤ ਸਾਰਾ ਕੰਮ ਇੱਥੇ ਹੋਣ ਵਾਲਾ ਹੈ। ਜਿਹੜੇ ਵੀ ਜੀਵ ਦੇ ਪ੍ਰੇਮੀ ਨੇ, ਦਾਨਵੀਰ ਲੋਕ ਨੇ, ਈਵਨ CSR ਦੇ ਅੰਤਰਗਤ ਜਿਹੜੇ ਵੀ ਲੋਕ ਇਹਨਾਂ ਨੂੰ ਡੋਨੇਸ਼ਨ ਦੇਣਾ ਚਾਹੁੰਦੇ ਨੇ, ਮੈਂ ਉਹਨਾਂ ਨੂੰ ਅਪੀਲ ਕਰੂੰਗਾ ਕਿ ਇਸ ਟਰੱਸਟ ਨੂੰ ਡੋਨੇਸ਼ਨ ਜ਼ਰੂਰ ਦਿੱਤੀ ਜਾਵੇ। ਥੈਂਕ ਯੂ ਸਰ। ਕੇਸ਼ ਜੀ, ਜਿੱਦਾਂ ਤੁਸੀਂ ਦੱਸਿਆ ਕਿ 3500 ਪੰਛੀਆਂ ਦਾ ਬਣਾਇਆ ਦੋਨਾਂ ਦੇ ਪਿਲਰਸ ਦੇ ਵਿੱਚ, ਅਤੇ 3500 ਜਿਹੜੇ ਪੰਛੀ ਹੈਗੇ ਨੇ ਦੋਨੋਂ ਟਾਵਰਾਂ ਦੇ ਵਿੱਚ, ਤਕਰੀਬਨ ਹੁਣ ਕਿੰਨੇ ਪੰਛੀ ਇਸ ਟਾਈਮ ਟਾਵਰ ਫੁੱਲ ਹੋ ਚੁੱਕਾ ਤੁਹਾਡਾ? ਲਗਭਗ 50-60% ਟਾਵਰ ਫੁੱਲ ਹੋ ਚੁੱਕੇ ਆ ਜੀ, ਔਰ ਆਉਣ ਵਾਲੇ ਟਾਈਮ ਥੋੜ੍ਹਾ ਜਿਹਾ ਉੱਪਰ ਸਾਡਾ ਕੰਮ ਵੀ ਚੱਲ ਰਿਹਾ, ਜਿਸ ਕਾਰਨ ਨੀਚੇ ਵਾਲੇ ਹਜੇ ਜਿਹੜੇ ਘਰ ਆ ਉਹਨਾਂ ਦੇ ਖਾਲੀ ਆ। ਜਦੋਂ ਸਾਡਾ ਕੰਪਲੀਟ ਹੋ ਗਿਆ ਤਾਂ ਧੀਰੇ ਧੀਰੇ ਥੋੜ੍ਹੇ ਟਾਈਮ ਦੇ ਵਿੱਚ ਫੁੱਲ ਹੋ ਜਾਣਗੇ ਜੀ। ਠੀਕ ਹੈ, ਤੁਸੀਂ ਕਹਿਣਾ ਚਾਹੋਗੇ ਜੀ? ਮੈਂ ਰੋਹਿਤ ਜੈਨ, ਰਕੇਸ਼ ਜੀ ਦਾ ਬੇਟਾ। ਮੈਂ ਪਹਿਲਾਂ ਤਾਂ ਇਸ ਪ੍ਰੋਜੈਕਟ ਲਈ ਪਾਪਾ ਨੂੰ ਆਪਣੇ ਬਹੁਤ ਬਹੁਤ ਧੰਨਵਾਦ ਦੇਣਾ ਚਾਹੁੰਦਾ। ਇਹ ਮੇਰਾ ਦਾਦਾ ਜੀ ਔਰ ਦਾਦੀ ਦੁਆਰਾ ਦੇਖਿਆ ਗਿਆ ਸੁਪਨਾ ਸੀ, ਜੋ ਹੁਣ ਮੇਰੇ ਫਾਦਰ ਪੂਰਾ ਕਰ ਰਿਹਾ, ਔਰ ਮੈਂ ਰੀਅਲੀ ਸੋਚਿਆ ਨਹੀਂ ਸੀ ਕਿ ਅੱਜ ਇਹ ਪ੍ਰੋਜੈਕਟ ਖੜ੍ਹਾ ਹੋ ਜੂਗਾ। ਮੇਰੇ ਫਾਦਰ ਲਗਭਗ 30-40 ਤੋਂ ਉੱਪਰ ਹੋ ਗਏ ਹੋਣੇ ਆ, ਗਊਆਂ ਦੀ ਸੇਵਾ, ਪਕਸ਼ੀਆਂ ਦੀ ਸੇਵਾ ਉਹ ਕਰ ਰਿਹਾ, ਔਰ ਮੈਂ ਇਸ ਪ੍ਰੋਜੈਕਟ ਦਾ ਹਿੱਸਾ ਬਣ ਕੇ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਧੰਨਵਾਦ ਜੀ, ਤੁਹਾਡਾ ਵੀ ਧੰਨਵਾਦ। ਬਹੁਤ ਬਹੁਤ। ਸੋ ਦੋਸਤੋ, ਦੇਖਿਆ ਇਹ ਹੈ ਲੁਧਿਆਣਾ ਸ਼ਹਿਰ ਦੀ ਉਹ ਸੰਸਥਾ ਜੋ ਅਕਸਰ ਕ੍ਰੀਏਟ ਕਹਿਣ ਹੋ ਗਈ ਇਹ ਚੀਜ਼ਾਂ ਜੀ ਕ੍ਰੀਏਟ ਕਰਨ ਵਾਸਤੇ, ਕੋਈ ਸੋਚ ਵੀ ਜਿਹੜੀ ਹੈ ਬਹੁਤ ਦੂਰ ਦੂਰ ਤੱਕ ਕੋਈ ਸੋਚ ਨਹੀਂ ਸਕਦਾ ਕਿ ਪਕਸ਼ੀਆਂ ਦੇ ਵੀ ਕੋਈ ਫਲੈਟ ਕ੍ਰੀਏਟ ਕਰ ਸਕਦਾ। ਲੇਕਿਨ ਇਹ ਚੀਜ਼ ਤੁਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਆਪਣੇ ਅੱਜ ਦੀ ਨਿਊਜ਼ ਦੇ ਰਾਹੀਂ ਤੁਸੀਂ ਦੇਖ ਰਹੇ ਹੋ, ਔਰ ਲੋਕ ਦੂਰੋਂ ਦੂਰੋਂ ਇੱਥੇ ਆ ਕੇ ਦੇਖਣ ਆ ਰਹੇ ਕਿ ਪਕਸ਼ੀਆਂ ਦੇ ਵੀ ਫਲੈਟ ਹੋ ਸਕਦੇ ਨੇ। ਬਿਲਕੁਲ ਬਹੁਤ ਖੂਬਸੂਰਤੀ ਦੇ ਨਾਲ ਜਿਹੜੇ ਆ ਫਲੈਟ ਤਿਆਰ ਕੀਤੇ ਗਏ, ਤਕਰੀਬਨ 3500 ਦੇ ਕਰੀਬ ਜਿਹੜੇ ਆ ਪਕਸ਼ੀ ਇਹਨਾਂ ਫਲੈਟਾਂ ਦੇ ਵਿੱਚ ਰਹਿ ਸਕਦੇ ਨੇ। ਇੱਦਾਂ ਨਹੀਂ ਰਹਿ ਸਕਦੇ, ਇੱਕ ਫਲੈਟ ਇੱਕ ਜਿਹੜਾ ਰੂਮ ਕ੍ਰੀਏਟ ਕੀਤਾ ਹੁੰਦਾ, ਸਿਰਫ ਇੱਕ ਪਕਸ਼ੀ ਨਹੀਂ ਬਲਕਿ 4-4 ਪਕਸ਼ੀ ਆਪਣੇ ਪੂਰੇ ਪਰਿਵਾਰ ਸਮੇਤ ਉੱਤੇ ਰਹਿ ਸਕਦੇ ਨੇ। ਸੋ ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ। ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਕਰੋ। ਸੋ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਦੂਆ ਨੂੰ ਦਿਓ ਇਜਾਜ਼ਤ। ਧੰਨਵਾਦ, ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ।